ਹੁਣ ਪੰਜਾਬ 'ਚ ਜਿਹੜੀਆਂ ਮੈਕਸੀਮਮ ਡੈਥਸ ਹੋ ਰਹੀਆਂ ਜਾਂ ਬਿਮਾਰੀਆਂ ਫੈਲ ਰਹੀਆਂ, ਇਹ ਕੋਈ ਦੋ ਰਾਏ ਨਹੀਂ ਵੀ ਇਹ ਸ਼ਰਾਬ ਦੀ ਓਵਰ ਵਰਤੋਂ ਨਾਲ ਹੋ ਰਹੀ ਹੈ। ਜਿੰਨੇ ਐਕਸੀਡੈਂਟ ਹੁੰਦੇ ਆ, ਤੁਸੀਂ ਸਰਵੇ ਕਰੋ, ਤੁਹਾਨੂੰ 70-80% ਐਕਸੀਡੈਂਟ ਜਿਹੜੇ ਹੈ ਸ਼ਾਮ ਤੋਂ ਬਾਅਦ ਹੁੰਦੇ ਆ, ਤੁਹਾਨੂੰ ਉਹ ਮਿਲਣਗੇ ਜਿਨ੍ਹਾਂ ਨੇ ਸ਼ਰਾਬ। ਲਗਾਤਾਰ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਦੇ ਵਿੱਚ ਵਾਧਾ ਹੋ ਰਿਹਾ, ਵਿਆਹ ਹੋ ਜਾਂਦਾ, ਬੱਚੇ ਨਹੀਂ ਹੁੰਦੇ, ਕੋਵਿਡ ਤੋਂ ਭੈੜੀ ਸ਼ਰਾਬ ਅਗਰ ਫੇਫੜਿਆਂ 'ਚ ਆ ਜਾਏ, ਕੋਵਿਡ ਤੋਂ ਭੈੜਾ ਨਿਮੋਨੀਆ ਜਿਹੜਾ ਹੈਗਾ, ਉਹ ਅਲੱਗ ਅਲੱਗ ਤਰ੍ਹਾਂ ਦੇ ਅਟੈਕ ਹੁੰਦੇ। ਇੱਕ ਪੈਨਕ੍ਰੀਆ ਦਾ ਅਟੈਕ ਇਸ ਟਾਈਮ ਆ ਰਿਹਾ, ਉਹ ਚੱਕਰ ਕੀ ਹੈ ਵੀ ਉਹ ਅਟੈਕ ਬਹੁਤ ਜ਼ਿਆਦਾ ਆ ਰਿਹਾ ਅਤੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਆਉਂਦਾ ਕਿਵੇਂ ਅਤੇ ਹੋਇਆ। ਪੈਂਕਰੀਆ ਇਹੋ ਜਿਹੀ ਗੰਦੀ ਚੀਜ਼ ਹੈ, ਇੱਕ ਵਾਰੀ ਪੈਂਕਰੀਆ ਦਾ ਅਟੈਕ ਹੋ ਗਿਆ ਤਾਂ 24 ਘੰਟੇ 'ਚ ਹੀ ਬੰਦੇ ਦੀ ਡੈਥ ਹੋ ਜਾਂਦੀ ਹੈ। ਉਹ ਦੇਸੀ ਸ਼ਰਾਬ ਕਰਕੇ ਉਹਨਾਂ ਦੇ ਲੀਵਰ, ਪੈਂਕਰੀਆ ਜਾਂ ਕੈਂਸਰ ਡੈਮੇਜ ਹੋ ਜਾਂਦੇ ਆ। ਅਗਰ 100 ਬੰਦੇ ਸ਼ਰਾਬ ਕਰਕੇ ਮਰਦੇ ਆ ਤਾਂ ਤੁਹਾਨੂੰ 98-99% ਬੰਦੇ ਉਹ ਹੋਣਗੇ ਜਿਹੜੇ ਦੇਸੀ ਸ਼ਰਾਬ। 2 ਡਰਿੰਕ ਮੇਲ ਵਾਸਤੇ ਪਰ ਡੇ ਅਤੇ 1 ਫੀਮੇਲ ਵਾਸਤੇ ਆਲਮੋਸਟ ਸੇਫ ਹੈ, ਅਤੇ ਆਪਣੇ ਪੰਜਾਬੀਆਂ ਦਾ ਫਿਰ ਸ਼ੁਰੂ ਹੀ 4 ਤੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਅਤੇ ਮੈਂ ਹਾਂ ਜੱਸੀ ਬਰਾੜ। ਅਕਸਰ ਪੰਜਾਬੀਆਂ ਦੇ ਕਹਿੰਦੇ ਸ਼ੌਂਕ ਵੱਖਰੇ ਹੁੰਦੇ ਆ ਅਤੇ ਸ਼ੌਂਕ ਦੇ ਵਿੱਚ ਕਈ ਲੋਕ ਆਪਣਾ ਕੁੰਡਾ ਕਰਵਾ ਲੈਂਦੇ ਆ, ਇੱਕ ਕਹਾਵਤ ਬਣੀ ਆਈ ਹੈ। ਤਾਂ ਪੰਜਾਬ ਦੀ ਗੱਲ ਕਰ ਲਈਏ, ਕਹਿੰਦੇ ਆਥਣ ਵੇਲਾ ਹੋ ਗਿਆ, ਚਲੋ ਗਲਾਸੀ ਖੜਕਾ ਲਈਏ, ਥੋੜ੍ਹਾ ਜਿਹਾ ਮੀਂਹ ਆ ਗਿਆ, ਗਲਾਸੀ ਖੜਕਾ ਲਈਏ। ਅਤੇ ਵੈਸੇ ਤਾਂ ਦਾਰੂ ਦੀ ਬੋਤਲ ਦੇ ਉੱਪਰ ਵੱਡੇ ਵੱਡੇ ਅੱਖਰਾਂ ਦੇ ਨਾਲ ਲਿਖਿਆ ਹੁੰਦਾ ਹੈ, ਕਹਿੰਦੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਪਰ ਹਾਨੀਕਾਰਕ ਕਿਵੇਂ ਹੈ ਉਸ ਬਾਬਤ ਵੀ ਸਾਰੀ ਗੱਲਬਾਤ ਕਰਾਂਗੇ, ਅਤੇ ਲਾਭਦਾਇਕ ਕਿਵੇਂ ਹੈ ਉਸ ਬਾਬਤ ਵੀ ਗੱਲਬਾਤ ਕਰਾਂਗੇ। ਹੁਣ ਬਹੁਤ ਸਾਰੀਆਂ ਬਿਮਾਰੀਆਂ ਸ਼ਰਾਬ ਦੇ ਨਾਲ ਲੀਵਰ ਤੋਂ ਲੈ ਕੇ ਪੇਟ ਦੀਆਂ ਅਤੜੀਆਂ ਤੱਕ ਚਲੀ ਜਾਂਦੀ ਹੈ, ਤਾਂ ਬਹੁਤ ਜ਼ਿਆਦਾ ਜਿਹੜੇ ਪੇਸ਼ੈਂਟ ਹੈ ਅੱਜ ਕੱਲ੍ਹ ਸ਼ਰਾਬ ਦੇ ਨਾਲ ਜਿਹੜੇ ਪੀੜਤ ਨੇ ਉਹ ਆ ਰਹੇ ਨੇ। ਉਹ ਸਾਰੀ ਗੱਲਬਾਤ ਆਪਾਂ ਡਾਕਟਰ ਸਾਹਿਬ ਦੇ ਨਾਲ ਕਰਦੇ ਹਾਂ। ਡਾਕਟਰ ਸਾਹਿਬ ਸਾਡੇ ਨਾਲ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ 'ਤੇ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਵੀ ਸਾਡੇ ਕਹਿੰਦੇ ਪੰਜਾਬੀਆਂ ਦਾ ਥੋੜ੍ਹਾ ਜਿਹਾ ਸ਼ੌਂਕ ਵੱਖਰੇ ਹੁੰਦੇ ਆ ਅਤੇ ਕਹਿ ਹੀ ਦਿੰਦੇ ਆ ਆਥਣ ਵੇਲਾ ਹੋ ਗਿਆ, ਚਲੋ ਗਲਾਸੀ ਖੜਕਾ ਲਈਏ, ਤਾਂ ਇਹ ਗਲਾਸੀ ਸਿਹਤ ਲਈ ਕਿੰਨੀ ਕੁ ਚੰਗੀ ਹੁੰਦੀ ਹੈ ਅਤੇ ਕਿੰਨੀ ਕੁ ਮਾੜੀ ਹੁੰਦੀ ਹੈ ਜੀ? ਦੇਖੋ, ਪੰਜਾਬੀਆਂ ਦੇ ਸ਼ੌਂਕ ਤਾਂ ਸਾਰੀ ਦੁਨੀਆਂ 'ਚ ਪਤਾ ਹੈ ਕਿ ਪੰਜਾਬੀ ਜਿਹੜੇ ਹੈਗੇ ਸਭ ਤੋਂ ਜ਼ਿਆਦਾ ਹਟਕੇ, ਨਿਰਾਲੇ ਅਤੇ ਦਿਲਦਾਰ ਹੁੰਦੇ ਆ। ਬਿਲਕੁਲ। ਰਹੀ ਗੱਲ ਸ਼ਰਾਬ ਦੀ, ਸ਼ਰਾਬ ਦੇਖੋ ਕੋਈ ਵੀ ਨਸ਼ਾ ਮਾੜਾ ਹੈ, ਅਤੇ ਸ਼ਰਾਬ ਜਿਹੜਾ ਹੈ ਹੁਣ ਪੰਜਾਬ 'ਚ ਜਿਹੜੀਆਂ ਮੈਕਸੀਮਮ ਬਿਮਾਰੀਆਂ ਜਿਹੜੀਆਂ ਹੋ ਰਹੀਆਂ, ਡੈਥਸ ਹੋ ਰਹੀਆਂ ਜਾਂ ਬਿਮਾਰੀਆਂ ਫੈਲ ਰਹੀਆਂ, ਇਹ ਕੋਈ ਦੋ ਰਾਏ ਨਹੀਂ ਵੀ ਇਹ ਸ਼ਰਾਬ ਦੀ ਓਵਰ ਵਰਤੋਂ ਨਾਲ ਹੋ ਰਹੀਆਂ। ਅੱਜ ਕੱਲ੍ਹ ਤੁਸੀਂ ਦੇਖੋ, 10 ਸਾਲ ਪਹਿਲਾਂ ਠੇਕੇ ਦੇਖੋ, ਨੰਬਰ ਆਫ ਠੇਕੇ ਦੇਖੋ, ਤੁਸੀਂ 5 ਸਾਲ ਪਹਿਲਾਂ ਠੇਕੇ ਦੇਖੋ ਅਤੇ ਹੁਣ ਠੇਕੇ ਦੇਖੋ। ਹੁਣ ਤਾਂ ਮੈਂ ਪਿੱਛੇ ਸੁਣਿਆ ਸੀ ਵੀ ਸਰਕਾਰ ਕੋਈ ਇਹੋ ਜਿਹੀ ਪਾਲਿਸੀ ਲੈ ਕੇ ਆ ਰਹੀ ਹੈ ਜਿਵੇਂ ਇਹ ਅੱਜ ਕੱਲ੍ਹ ਆਪਾਂ ਪੀਜ਼ਾ ਬਰਗਰ ਸਪਲਾਈ ਕਰ ਦਿੰਦੇ ਹਾਂ ਘਰੇ, ਜੋਮੈਟੋ ਵੀ ਕੋਈ ਇਹੋ ਜਿਹੀ ਪਾਲਿਸੀ ਆ ਰਹੀ ਹੈ ਵੀ ਸ਼ਰਾਬ ਵੀ ਜੋਮੈਟੋ ਰਾਹੀਂ ਸਪਲਾਈ ਇੱਕ ਟ੍ਰਾਇਲ ਬੇਸ 'ਤੇ ਹੋ ਰਿਹਾ। ਤਾਂ ਆਪਾਂ ਕਿਸ ਪਾਸੇ ਜਾ ਰਹੇ ਹਾਂ? ਇਹ ਮਤਲਬ ਆਪਾਂ ਸਭ ਨੂੰ ਪਤਾ ਕਿ ਆਪਾਂ ਕਿਸ ਪਾਸੇ ਜਾ ਰਹੇ ਹਾਂ, ਅਤੇ ਇਹ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ ਹੈ। ਪਤਾ ਹੀ ਹੈ ਵੀ ਹੁਣ ਸ਼ਰਾਬ ਜਿਹੜੀ ਹੈਗੀ ਹੈ, ਸ਼ਰਾਬ ਜਿੰਨੇ ਐਕਸੀਡੈਂਟ ਹੁੰਦੇ ਆ, ਤੁਸੀਂ ਸਰਵੇ ਕਰੋ, ਤੁਹਾਨੂੰ 70-80% ਐਕਸੀਡੈਂਟ ਜਿਹੜੇ ਹੈ ਸ਼ਾਮ ਤੋਂ ਬਾਅਦ ਹੁੰਦੇ ਆ, ਤੁਹਾਨੂੰ ਉਹ ਮਿਲਣਗੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੁੰਦੀ ਹੈ ਅਤੇ ਦੱਬ ਕੇ ਪੀਤੀ ਹੁੰਦੀ ਹੈ। ਬਿਲਕੁਲ। ਡਾਕਟਰ ਸਾਹਿਬ, ਜਿਵੇਂ ਤੁਸੀਂ ਪੇਟ ਦੇ ਮਾਹਿਰ ਹੋ, ਤਾਂ ਮੈਂ ਦੇਖਿਆ ਵੀ ਲਗਾਤਾਰ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਦੇ ਵਿੱਚ ਵਾਧਾ ਹੋ ਰਿਹਾ, ਤਾਂ ਜਿਹੜੀ ਸ਼ਰਾਬ ਹੈ ਉਹ ਸ਼ਰਾਬ ਕਿਸ ਤਰ੍ਹਾਂ ਜਿਹੜਾ ਪੇਟ ਦੇ ਉੱਪਰ ਅਸਰ ਕਰਦੀ ਹੈ, ਕਿਸ ਤਰ੍ਹਾਂ ਮਾਰ ਕਰਦੀ ਹੈ ਵੀ ਜਿਹੜੀ ਉਹ ਲੀਵਰ ਤੋਂ ਲੈ ਕੇ ਐਂਡ ਵਾਲੀਆਂ ਨਾੜੀਆਂ ਤੱਕ ਚਲੀ ਜਾਂਦੀ ਹੈ? ਐਕਚੁਅਲੀ ਨਾ, ਸ਼ਰਾਬ ਬਾਰੇ ਇੱਕ ਧਾਰਨਾ ਹੈ ਲੋਕਾਂ ਨੂੰ, ਸਿਰਫ ਇੰਨਾ ਕੁ ਪਤਾ ਹੈ ਵੀ ਸ਼ਰਾਬ ਲੀਵਰ ਖਰਾਬ ਕਰਦੀ ਹੈ। ਤੁਸੀਂ ਬ੍ਰੇਨ ਤੋਂ ਸ਼ੁਰੂ ਹੋ ਜਾਓ, ਦਿਮਾਗ ਤੋਂ ਸ਼ੁਰੂ ਹੋ ਜਾਓ, ਡਿਮੈਂਸ਼ੀਆ, ਯੂ ਨੋ, ਮੈਮਰੀ ਲੋਸ ਹੋਣਾ, ਈਵਨ ਬ੍ਰੇਨ ਹੈਮਰੇਜ ਹੋਣਾ, ਫਿਰ ਤੁਸੀਂ ਅੱਖਾਂ 'ਤੇ ਆ ਜਾਓ, ਅੱਖਾਂ ਦੀ ਰੋਸ਼ਨੀ ਘਟਣਾ, ਹੈ ਨਾ,
ਫਿਰ ਤੁਸੀਂ ਦਿਲ ਤੇ ਆ ਜਾਓ, ਕਾਰਡੀਓਮਾਇਓਪੈਥੀ, ਦਿਲ ਦਾ ਕਮਜ਼ੋਰ ਹੋਣਾ, ਅਟੈਕ ਹੋਣਾ, ਕੋਲੈਸਟ੍ਰੋਲ ਵਧਣਾ, ਫਿਰ ਤੁਸੀਂ ਫੇਫੜਿਆਂ ਤੇ ਆ ਜਾਓ। ਸ਼ਰਾਬ ਕਈ ਵਾਰੀ ਕੀ ਹੁੰਦਾ, ਲੋਕ ਬਹੁਤ ਜ਼ਿਆਦਾ ਸ਼ਰਾਬ ਪੀ ਲੈਂਦੇ ਆ, ਸੋ ਜਾਂਦੇ ਆ, ਯੂਨੋ ਬੜਕਾ ਮਾਰ ਕੇ ਸੋ ਜਾਂਦੇ ਆ, ਤੇ ਥੋੜੀ ਬਹੁਤ ਸ਼ਰਾਬ ਉਹ ਫੇਫੜੇ ਚ ਆ ਜਾਂਦੀ ਹੈ, ਫੇਫੜੇ ਜਾ ਕੇ ਇਹਦੇ ਨਾਲ ਨਿਮੋਨੀਆ ਹੋ ਜਾਂਦਾ, ਜਾਨ ਚਲੀ ਜਾਂਦੀ ਹੈ। ਕੋਵਿਡ ਤੋਂ ਭੈੜੀ ਸ਼ਰਾਬ ਅਗਰ ਉਹ ਫੇਫੜਿਆਂ ਚ ਆ ਜੇ ਉਹ ਕੋਵਿਡ ਤੋਂ ਭੈੜਾ ਨਿਮੋਨੀਆ ਜਿਹੜਾ ਹੈਗਾ ਉਹ ਕਰ ਸਕਦੀ ਹੈ। ਫਿਰ ਫੇਫੜੇ ਦਿਲ ਆ ਗਿਆ, ਉਦੋਂ ਥੱਲੇ ਤੁਹਾਡਾ ਜਿਹੜਾ ਹੈਗਾ ਪੇਟ ਆ ਗਿਆ, ਪੇਟ ਚ ਅਲਸਰ ਹੋ ਜਾਂਦੇ ਆ, ਸਾਈਡ ਤੇ ਲੀਵਰ ਆ ਗਿਆ। ਲੀਵਰ ਦਾ ਆਪਾਂ ਸਭ ਨੂੰ ਪਤਾ ਹੈ ਕਿ ਸ਼ਰਾਬ ਫੈਟੀ ਲੀਵਰ ਤੋਂ ਲੈ ਕੇ ਅੱਗੇ ਜਿਹੜਾ ਹੈਗਾ ਲੀਵਰ ਸਰੋਸਿਸ ਤੱਕ ਹੋ ਜਾਂਦੀ ਹੈ। ਸਰੋਸਿਸ ਦਾ ਮਤਲਬ ਹੁੰਦਾ ਲੀਵਰ ਜਿਹੜਾ ਹੈਗਾ ਸ਼ਰਿੰਕ ਹੋਣਾ। ਸਾਡੇ ਕੋਲ ਪਤਾ ਨੀ ਹੁਣ ਕੀ ਹੋ ਗਿਆ, ਅੱਗੇ ਅਸੀਂ ਜਦੋਂ ਅੱਜ ਤੋਂ 30-35 ਸਾਲ ਪਹਿਲਾਂ ਦੇਖਦੇ ਸੀ ਕਿ 50-60-70 ਸਾਲ ਦੀ ਉਮਰ ਤੇ ਆ ਕੇ ਜਿਹਨਾਂ ਨੇ 20-30 ਸਾਲ ਸ਼ਰਾਬ ਦਾ ਸੇਵਨ ਕੀਤਾ ਹੁੰਦਾ ਲੀਵਰ ਖਰਾਬ ਹੁੰਦੇ ਸੀ। ਅੱਜ ਕੱਲ੍ਹ ਤਾਂ ਪਤਾ ਨੀ ਕੀ ਚੀਜ਼ ਹੈ, ਇਹ ਦੇਸੀ ਸ਼ਰਾਬ ਕਰਕੇ ਹੈ, ਸ਼ਰਾਬ 'ਚ ਕੋਈ ਮਿਲਾਵਟ ਹੈ, ਪਤਾ ਨੀ, ਪਰਮਾਤਮਾ ਹੀ ਜਾਣਦਾ। 30-32-32 ਸਾਲ ਦੇ ਮੁੰਡਿਆਂ ਦੇ ਲੀਵਰ, ਨੌਜਵਾਨਾਂ ਦੇ ਲੀਵਰ ਖਰਾਬ ਹੋ ਜਾਂਦੇ ਹੈ। ਨਵਾਂ ਨਵਾਂ ਵਿਆਹ ਹੋ ਜਾਂਦਾ ਜਾਂ ਘਰ ਇੱਕ ਧੀ ਹੁੰਦੀ ਹੈ, ਉਹ ਸਾਰੇ ਰੁਲ ਜਾਂਦੇ ਹੈ। ਤਾਂ ਫਿਰ ਤੁਸੀਂ ਥੱਲੇ ਜੁਆਇੰਟਸ ਆ ਜਾਓ, ਜੁਆਇੰਟਸ ਕਮਜ਼ੋਰ ਹੋ ਜਾਂਦੇ ਹੈ। ਫਿਰ ਤੁਹਾਡੀ ਜਿਹੜੀ ਇਨਫਰਟੀਲਿਟੀ ਹੈ, ਅੱਜ ਕੱਲ੍ਹ ਮੈਰਿਜ ਤੋਂ ਬਾਅਦ ਮੁੰਡਿਆਂ 'ਚ ਕੁੜੀਆਂ 'ਚ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਆ ਰਹੀ ਹੈ ਕਿ ਵਿਆਹ ਹੋ ਜਾਂਦਾ, ਬੱਚੇ ਨਹੀਂ ਹੁੰਦੇ। ਫਿਰ IVF ਵੱਲ ਆਪਾਂ ਜਾਂਦੇ ਹਾਂ, ਤੁਹਾਡੇ ਜਿਹੜੇ ਸਪਰਮ ਕਾਊਂਟ ਹੈ ਜਾਂ ਜਿਹੜੇ ਤੁਹਾਡੇ ਟੈਸਟੋਸਟੇਰੋਨ ਲੈਵਲ ਹੈ ਉਹ ਘੱਟ ਜਾਂਦੇ ਹੈ। ਤੁਸੀਂ ਸਰੀਰ ਦਾ ਇੱਕ ਅੰਗ ਛੱਡੋ, ਦੱਸੋ ਮੈਨੂੰ ਜਿਹਦਾ ਸ਼ਰਾਬ ਅਸਰ ਨਾ ਕਰਦਾ। ਡਾਕਟਰ, ਜਿਵੇਂ ਪਹਿਲਾਂ ਅਟੈਕ ਹੁੰਦਾ ਸੀ, ਅਟੈਕ ਕਹਿੰਦੇ, ਕੋਈ ਕਹਿੰਦਾ ਹਾਰਟ ਦਾ ਹੋ ਗਿਆ ਜੀ, ਕੋਈ ਕਹਿੰਦਾ ਸੀ ਬ੍ਰੇਨ ਦਾ ਅਟੈਕ ਹੋ ਗਿਆ, ਅਲੱਗ ਅਲੱਗ ਤਰ੍ਹਾਂ ਦੇ ਅਟੈਕ ਹੁੰਦੇ ਸੀ, ਇੱਕ ਪੈਨਕ੍ਰੀਆ ਦਾ ਅਟੈਕ ਇਸ ਟਾਈਮ ਆ ਰਿਹਾ, ਉਹ ਚੱਕਰ ਕੀ ਹੈ ਵੀ ਉਹ ਅਟੈਕ ਬਹੁਤ ਜ਼ਿਆਦਾ ਆ ਰਿਹਾ ਤੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਆਉਂਦਾ ਕਿਵੇਂ ਤੇ ਹੋਇਆ ਕੀ ਹੈ? ਅਗਰ ਪਰਮਾਤਮਾ ਕਹਿੰਦਾ ਕਿਸੇ ਨੂੰ ਵੀ ਬੰਦਿਆ ਮੈਂ ਤੈਨੂੰ ਇੱਕ ਬਿਮਾਰੀ ਤਾਂ ਦੇਣੀ ਦੇਣੀ ਹੈ, ਇੱਕ ਤਾਂ ਤੈਨੂੰ ਦੇਣੀ ਦੇਣੀ, ਤੂੰ ਜਿਹੜੀ ਮਰਜ਼ੀ ਚੁੱਲ੍ਹਾ, ਤਾਂ ਬੰਦਾ ਹਾਰਟ ਦਾ ਅਟੈਕ ਚੁੱਲ੍ਹੇ ਉਹ 'ਚ ਸਟੈਂਡ ਪੈ ਜਾਂਦਾ ਤੇ ਬੰਦਾ ਭੱਜ ਜਾਂਦਾ। ਪੈਂਕਰੀਆ ਇਹੋ ਜਿਹੀ ਗੰਦੀ ਚੀਜ਼ ਹੈ, ਇੱਕ ਵਾਰੀ ਪੈਂਕਰੀਆ ਦਾ ਅਟੈਕ ਹੋ ਗਏ, ਪੈਂਕਰੀਆ ਦਾ ਅਟੈਕ ਹੋ ਜਾਏ ਤੇ ਵੱਡਾ ਅਟੈਕ ਹੋ ਜਾਏ, ਇਹਦੇ 3-4 ਤਰ੍ਹਾਂ ਦੇ ਅਟੈਕ ਹੁੰਦੇ ਆ, ਕ੍ਰਿਟੀਕਲ ਪੈਂਕਟਾਈਟਸ, ਸਵੀਅਰ ਪੈਂਕਟਾਈਟਸ, ਤਾਂ 24 ਘੰਟੇ 'ਚ ਹੀ ਜਿਹੜਾ ਹੈ ਸਰੀਰ 'ਚ ਪੈਂਕਰੀਆ ਦਾ ਅਟੈਕ ਹੋ ਕੇ ਮਲਟੀ ਔਰਗਨ ਫੇਲ ਹੋ ਕੇ ਬੰਦੇ ਦੀ ਡੈਥ ਹੋ ਜਾਂਦੀ ਹੈ ਅਗਰ ਵੱਡਾ ਅਟੈਕ ਹੋ ਜਾਏ ਪੈਂਕਰੀਆ ਦਾ ਤਾਂ। ਤੇ ਜੋ ਅਸੀਂ ਦੇਖ ਰਹੇ ਹਾਂ ਅੱਜ ਤੱਕ, ਹੁਣ ਤੱਕ 9-10 ਲੱਖ ਪੇਸ਼ੈਂਟ ਅਸੀਂ ਦੇਖ ਲਏ, ਸਾਡੇ ਕੋਲ ਕਾਫੀ ਪੇਸ਼ੈਂਟ ਆਉਂਦੇ ਆ ਜਿਹੜੇ ਆਪਣੇ ਪੰਜਾਬੀ ਜਾਂ ਨੌਰਥ ਇੰਡੀਅਨ, ਕੈਨੇਡਾ ਗਏ ਨੇ, ਨਿਊਜ਼ੀਲੈਂਡ ਗਏ ਨੇ, USA ਗਏ ਨੇ। ਤਾਂ ਪੰਜਾਬ 'ਚ ਸ਼ਰਾਬ ਕਰਕੇ ਜਿਹੜੇ ਲੋਕਾਂ ਦੀ ਜ਼ਿਆਦਾ ਬਿਮਾਰੀਆਂ ਹੋ ਰਹੀਆਂ, ਡੈਥਸ ਹੋ ਰਹੀਆਂ, ਉਹ ਮੇਰਾ ਮੰਨਣਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਮੇਰਾ ਮੰਨਣਾ ਹੈ ਵੀ ਉਹ ਦੇਸੀ ਸ਼ਰਾਬ, ਸਾਡੇ ਕੋਲ ਐਟਲੀ ਜਿੰਨੇ ਪੇਸ਼ੈਂਟ ਆਏ ਨੇ ਉਹ ਦੇਸੀ ਸ਼ਰਾਬ ਕਰਕੇ ਉਹਨਾਂ ਦੇ ਲੀਵਰ, ਪੈਂਕਰੀਆ ਜਾਂ ਕੈਂਸਰ ਡੈਮੇਜ ਹੋ ਜਾਂਦੇ ਆ, ਕਿਉਂਕਿ ਦੇਸੀ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ। ਬਿਲਕੁਲ, ਸਾਡੇ ਕੋਲ ਲੋਕ ਆਉਂਦੇ ਆ, ਸ਼ਰਾਬ ਕਿੰਨੀ ਪੀਂਦੇ ਆ, ਡਾਕਟਰ ਸਾਹਿਬ ਕਿਹੜੀ ਪੀ ਲਏ, 4 ਪੈਕ ਲਾ ਲਏ ਦੇਸੀ ਦੇ, ਉਹ ਇਹ ਨਹੀਂ ਪਤਾ ਦੇਸੀ ਦੇ ਜਿਹੜਾ ਹੈਗਾ 4 ਪੈਕ 40 ਦੇ ਬਰਾਬਰ ਹੈ। ਆਪਣੇ ਪੰਜਾਬ 'ਚ ਤਾਂ ਕੋਈ ਚਾਹੇ ਦਿਹਾੜੀ ਵਾਲਾ ਬੰਦਾ, ਚਾਹੇ ਕਿਸੇ ਕੋਲ 1 ਕਿੱਲਾ ਹੈ, ਚਾਹੇ ਕਿਸੇ ਕੋਲ 500 ਕਿੱਲੇ ਹੈ, ਉਹ ਸਵਾਦ ਦੇਸੀ 'ਚ ਆਊਗਾ, ਦੂਜੀ 'ਚ ਸਵਾਦ ਨਹੀਂ ਆਉਣਾ, ਤੇ ਦੇਸੀ ਨਾਲ ਹੀ ਬੰਦਾ ਮਰਦਾ। ਤੁਸੀਂ ਇੱਕ ਸਰਵੇ ਕਰਵਾ ਲਓ, ਗਵਰਨਮੈਂਟ ਰਾਹੀਂ ਇੱਕ ਸਰਵੇ ਕਰਵਾ ਲਓ, ਤੁਹਾਨੂੰ ਅਗਰ 100 ਬੰਦੇ ਸ਼ਰਾਬ ਕਰਕੇ ਮਰਦੇ ਆ ਤਾਂ ਤੁਹਾਨੂੰ 98-99% ਬੰਦੇ ਉਹ ਹੋਣਗੇ ਜਿਹੜੇ ਦੇਸੀ ਸ਼ਰਾਬ। ਤੇ ਲੋਕਾਂ 'ਚ ਧਾਰਨਾ ਕਿ ਅਸੀਂ ਇਹ 'ਚ ਫਰੂਟ ਪਾਉਂਦੇ ਹਾਂ, ਸੌਂਫ ਪਾਉਂਦੇ ਹਾਂ, ਇਹ 'ਚ ਅਸੀਂ ਗੰਨਾ ਬਲਾਂ ਬਲਾ ਗੁੜ ਪਾ ਲਿਆ, ਫਰੂਟ ਪਾ ਲਏ, ਕਾਜੂ ਪਾ ਲਏ, ਦਾਖਾਂ ਪਾ ਲੀਆਂ, ਲੋਕਾਂ ਨੂੰ ਲੱਗਦਾ ਇਹਦੀ ਹੈਲਥ ਵੈਲਿਊ ਹੈ। ਪਰ ਤੁਸੀਂ ਇੱਕ ਸਰਵੇ ਕਰਕੇ ਦੇਖੋ, ਅਗਰ ਸ਼ਰਾਬ ਕਰਕੇ 100 ਮਰੀਜ਼ ਮਰਦਾ ਤਾਂ, ਅਗਰ ਮੈਂ ਗਲਤ ਨਹੀਂ ਹੈਗਾ, ਤਾਂ 95-98 ਉਹ ਦੇਸੀ ਸ਼ਰਾਬ ਦਾ ਸੇਵਨ ਕਰ ਰਿਹਾ। ਜਿਵੇਂ ਤੁਸੀਂ ਹੁਣ ਕਿਹਾ ਵੀ ਸ਼ਰਾਬ ਦੀ ਓਵਰਡੋਸ ਦੀ ਗੱਲ ਕੀਤੀ ਹੈ, ਤਾਂ ਸ਼ਰਾਬ ਦੀ ਕੋਈ ਲਿਮਿਟ ਵੀ ਹੁੰਦੀ ਹੈ ਵੀ ਓਵਰਡੋਸ ਜਾਂ ਲਿਮਿਟ ਦੇ ਵਿੱਚ ਕੋਈ ਫਰਕ ਹੁੰਦਾ ਹੈ? ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ, ਪਰ WHO ਡਾਇਟਰੀ ਜਿਹੜੀ ਗਾਈਡਲਾਈਨਸ ਹੈ ਉਹ ਇਹ ਕਹਿੰਦੀ ਹੈ ਕਿ 2 ਡਰਿੰਕ ਮੇਲ ਵਾਸਤੇ ਪਰ ਡੇ
ਤੇ ਇੱਕ ਫੀਮੇਲ ਵਾਸਤੇ ਆਲਮੋਸਟ ਸੇਫ ਹੈ, ਪਰ ਜਿਵੇਂ ਤੁਸੀਂ ਕਹਿ ਕੇ ਹਟੇ ਹੋ ਆਪਣੇ ਪੰਜਾਬੀ ਸਾਰੀ ਦੁਨੀਆਂ ਚ ਨਿਰਾਲੇ ਤੇ ਆਪਣੇ ਪੰਜਾਬੀ ਦਾ ਫਿਰ ਸ਼ੁਰੂ ਹੀ ਚਾਰਤ ਹੁੰਦੀ ਹੈ ਜੀ। ਅੱਛਾ, ਔਖਾ ਸਵਾਲ ਮੈਥੋਂ ਪੁੱਛ ਲਿਆ ਜਿਹਦਾ ਜਵਾਬ ਮੈਂ ਖੁਦ ਡਾਕਟਰ ਦੇਖੋ ਤੁਹਾਡੇ ਕੋਲ ਬੈਠਾ, ਤੁਹਾਡੇ ਚੈਨਲ ਤੇ ਬੈਠਾ, ਪਤਾ ਨੀ ਮੈਂ ਇਹਦਾ ਕੀ ਜਵਾਬ ਦਵਾਂ, ਪਰ ਇਹ ਆਪਾਂ ਸੇਫ ਲਿਮਿਟ ਚ ਚੱਲੀਏ, ਜ਼ਿੰਦਗੀ ਚ ਸੇਫ ਲਿਮਿਟ ਚੱਲੀਏ ਤਾਂ ਆਈ ਥਿੰਕ ਆਪਾਂ ਨੂੰ ਜਾਨਲੇਵਾ ਬਿਮਾਰੀ ਨਹੀਂ ਹੁੰਦੀਆਂ। ਕੋਈ ਵੀ ਚੀਜ਼ ਜਿਹਦੀ ਓਵਰਡੋਜ਼ ਹੋਏਗੀ ਉਹ ਚ ਆਪਾਂ ਜਿਹੜਾ ਹੈ ਮਰਾਂਗੇ। ਡਾਕਟਰ ਸਾਹਿਬ ਇੱਕ ਨਾ ਗਰਮੀ ਤੇ ਮੈਂ ਸਵਾਲ ਪੁੱਛ ਰਿਹਾ, ਕਿਉਂਕਿ ਗਰਮੀ ਦਾ ਸੀਜ਼ਨ ਚੱਲ ਰਿਹਾ ਤਾਂ ਗਰਮੀ ਦੇ ਵਿੱਚ ਬੀਅਰ ਦਾ ਸੇਵਨ ਬਹੁਤ ਜ਼ਿਆਦਾ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਨੇ ਬੀਅਰ ਨੂੰ ਇੱਕ ਮੈਡੀਸਨ ਦੇ ਤੌਰ ਤੇ ਬਣਾ ਲਿਆ। ਕੋਈ ਕਹਿ ਦਿੰਦਾ ਜੇ ਬੀਅਰ ਪੀ ਲਓਗੇ ਤਾਂ ਪੱਥਰੀ ਨਹੀਂ ਹੋਣੀ, ਪੱਥਰੀ ਠੀਕ ਹੋ ਜਾਂਦੀ ਹੈ, ਜੇਕਰ ਕਿਸੇ ਨੂੰ ਪੱਥਰੀ ਵੀ ਹੋ ਜਾਂਦੀ ਹੈ ਪੇਟ ਜਾਂ ਹੋਰ ਕੋਈ ਬਹੁਤ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਬੀਅਰ ਦੀ ਗੱਲ ਸਭ ਤੋਂ ਪਹਿਲਾਂ ਆਉਂਦੀ ਹੈ ਵੀ ਬੀਅਰ ਪੀ ਲਓ, ਇਹ ਇੱਕ ਤਰ੍ਹਾਂ ਦੀ ਮੈਡੀਸਨ ਹੈ। ਜੱਸੀ ਜੀ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਜੈਪਨੀਜ਼ ਲੋਕਾਂ ਦਾ ਜਿਹੜਾ ਸਰਵਾਈਵਲ ਹੈ ਉਹ 90-95-100-110 ਤੱਕ ਹੈ ਜੀ, ਜੈਪਨੀਜ਼ ਲੋਕਾਂ ਦਾ। ਕੈਨੇਡੀਅਨ ਦਾ 80, ਸਵਿਟਜ਼ਰਲੈਂਡ 85, ਤੁਸੀਂ ਅਗਰ ਸਰਚ ਕਰੋ ਇੰਡੀਅਨਸ ਦਾ ਜਿਹੜਾ ਸਰਵਾਈਵਲ ਹੈ ਉਹ 65-68-70 ਜੀ। ਉਹ ਜਿਹੜੀ ਬਾਹਰਲੀ ਕੰਟਰੀ ਹੈ ਉਹ ਸਾਈਕਲ ਤੇ ਆ ਰਹੀ ਹੈ, ਪੈਦਲ ਤੇ ਆ ਰਹੀ ਹੈ, ਨਸ਼ੇ ਛੱਡ ਰਹੀ ਹੈ, ਸ਼ਰਾਬ ਛੱਡ ਰਹੀ ਹੈ, ਆਪਾਂ ਲੋਕ ਜਿਹੜਾ ਉਹ ਸਿਸਟਮ ਹੈ ਉਹ ਅਡੋਪਟ ਕਰ ਰਹੇ। ਸਭ ਤੋਂ ਮਿਨੀਮਮ ਲਾਈਫ ਸਰਵਾਈਵਲ ਅਗਰ ਮੈਂ ਗਲਤ ਨਹੀਂ ਹੈਗਾ ਉਹ ਇੰਡੀਅਨਸ ਦਾ ਰਹਿ ਗਿਆ, ਪੰਜਾਬੀਆਂ ਦਾ ਰਹਿ ਗਿਆ। ਤੁਸੀਂ ਬੀਅਰ ਦੀ ਗੱਲ ਕਰ ਰਹੇ ਹੋ, ਜਿਹੜਾ ਇਹ ਕਿਉਂ ਰਹਿ ਗਿਆ, ਜਿਹੜੀ ਆਪਣੀ ਐਬਡੋਮੀਨਲ ਫੈਟ ਹੁੰਦੀ ਹੈ, ਐਬਡੋਮੀਨਲ ਓਬੈਸਿਟੀ, ਸਾਡੇ ਕੋਲ ਲੋਕ ਆਉਂਦੇ ਡਾਕਟਰ ਸਾਹਿਬ ਪੇਟ ਹੀ ਬਾਹਰ ਹੈ ਬਾਕੀ ਤਾਂ ਹੈ ਨੀ, ਉਹ ਭੋਲਿਓ ਬਾਕੀ ਤਾਂ ਜਿਮ ਜਾਣ ਨਾਲ ਬਣੂਗਾ। ਜਿਹੜੀ ਬੀਅਰ ਹੈ ਬੀਅਰ ਕੀ ਕਰਦੀ ਹੈ, ਇਕੱਠੀ ਹੋ ਜਾਂਦੀ ਹੈ, ਗੈਸ ਬਣਾਉਂਦੀ ਹੈ। ਜਿਹੜੀ ਪੇਟ ਦੀ ਚਰਬੀ ਹੈ ਉਹ ਬੀਅਰ ਹੀ ਬਾਹਰ ਲੈ ਕੇ ਆਉਂਦੀ ਹੈ ਤੇ ਪੇਟ ਦੀ ਚਰਬੀ ਹੀ ਬਿਮਾਰੀਆਂ ਦਾ ਘਰ ਹੈ। ਜਿਹੜੀ ਪੇਟ ਦੀ ਚਰਬੀ ਹੈ, 10 ਕਿਲੋ ਪੇਟ ਤੁਹਾਡਾ ਬਾਹਰ ਹੈ, 15 ਕਿਲੋ ਪੇਟ ਬਾਹਰ ਹੈ, ਇਹ ਨੀ ਸ਼ੂਗਰ ਕਰਨੀ, ਇਹ ਨੀ ਕੈਂਸਰ ਬਣਾਉਣ ਚ ਕੰਟਰੀਬਿਊਟ ਕਰਨਾ, ਇਹ ਨੀ ਸਾਰਾ ਕੁਛ ਕਰਨਾ, ਤਾਂ ਬੀਅਰ ਚੰਗੀ ਕਿੱਥੋਂ ਹੋਗੀ। ਡਾਕਟਰ ਸਾਹਿਬ ਬੀਅਰ ਜਿਵੇਂ ਪੱਥਰੀ ਦੀ ਗੱਲ ਕੀਤੀ ਜਾਂਦੀ ਹੈ, ਜ਼ਿਆਦਾਤਰ ਲੋਕ ਕਹਿ ਦਿੰਦੇ ਇੱਕ ਬਹਾਨਾ ਬਣਾ ਲੈਂਦੇ ਮੇਰੇ ਪੱਥਰੀ ਹੋ ਗਈ ਤੇ ਮੈਂ ਬੀਅਰ ਪੀਣ ਲੱਗ ਗਿਆ ਉਹਦੇ ਨਾਲ ਠੀਕ ਹੋ ਜਾਂਦਾ, ਤੇ ਇਹ 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 ਹੈ ਕਿਤੇ ਨਾ ਕਿਤੇ। ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਜਿਹੜਾ ਆਈ ਥਿੰਕ ਇਕੱਲਾ ਹਿੰਦੁਸਤਾਨ ਨਹੀਂ ਬਹੁਤ ਕੰਟਰੀ 'ਚ ਮਿੱਥ ਹੈ ਕਿ ਬੀਅਰ ਨਾਲ ਪੱਥਰੀ ਨਿਕਲ ਜੂਗੀ। ਸਾਡੇ ਕੋਲ ਦੁਨੀਆਂ ਪਹਿਲਾਂ ਹੀ ਆਉਂਦੇ ਡਾਕਟਰ ਸਾਹਿਬ ਦੋ ਬੀਅਰਾਂ ਪੀ ਲਈਏ। ਬੀਅਰ ਦਾ ਫੰਡਾ ਕੀ ਹੁੰਦਾ, ਜਦੋਂ ਆਪਾਂ ਬੀਅਰ ਪੀਂਦੇ ਹਾਂ ਡਾਇਰੈਸਿਸ ਹੁੰਦੀ ਹੈ, ਮਤਲਬ ਪਿਸ਼ਾਬ ਜ਼ਿਆਦਾ ਆਉਂਦਾ, ਉਹੀ ਤੁਸੀਂ ਇੱਕ ਤੇ 10 ਗਲਾਸ ਪਾਣੀ ਪੀ ਲਓ, ਗੱਲ ਖਤਮ। ਡਾਕਟਰ ਸਾਹਿਬ ਇੱਕ ਨਾ ਜਿਵੇਂ ਤੁਸੀਂ ਬਿਮਾਰੀ ਦੀ ਗੱਲ ਕੀਤੀ, ਅੱਜ ਕੱਲ੍ਹ ਬਿਮਾਰੀ ਜਦੋਂ ਹੁੰਦੀ ਹੈ ਨਾ, ਬਿਮਾਰੀ ਦੇ ਨਾਲ ਜਦੋਂ ਬੰਦਾ ਦਵਾਈਆਂ ਲੈਂਦਾ ਜਾਂਦਾ ਤਾਂ ਦਵਾਈਆਂ ਦੇ ਨਾਲ ਨਾਲ ਅੰਦਰ ਦੇ ਜਿਹੜੇ ਗੁੱਡ ਬੈਕਟੀਰੀਆ ਤੁਸੀਂ ਦੱਸਦੇ ਹੁੰਦੇ ਵੀ ਉਹ ਖਤਮ ਹੋ ਜਾਂਦੇ ਆ ਬੰਦੇ ਦੇ ਅੰਦਰੋਂ, ਤਾਂ ਕਿਸੇ ਨਾ ਕਿਤੇ ਇਹਦਾ ਕੋਈ ਟ੍ਰੀਟਮੈਂਟ ਵੀ ਹੈ ਵੀ ਐਸਾ ਹੈ ਵੀ ਜਿਹਦੇ ਨਾਲ ਜਿਹੜਾ ਬੰਦੇ ਦੇ ਅੰਦਰ ਗੁੱਡ ਬੈਕਟੀਰੀਆ ਵੀ ਆ ਜਾਣ, ਬੰਦਾ ਜਿਹੜਾ ਉਹ ਦਵਾਈ ਵੀ ਲੱਗਣ ਲੱਗ ਜਾਏ, ਕਿਉਂਕਿ ਅਕਸਰ ਤੁਹਾਡੇ ਕੋਲ ਮਰੀਜ਼ ਆਉਂਦੇ ਹੁੰਦੇ ਡਾਕਟਰ ਸਾਹਿਬ ਦਵਾਈ ਲੱਗਦੀ ਨਹੀਂ, ਉਹ ਦਵਾਈ ਲੱਗਦੀ ਲਾਉਣ ਵਾਸਤੇ ਵੀ ਕੋਈ ਨਾ ਕੋਈ ਨਵਾਂ ਟ੍ਰੀਟਮੈਂਟ ਆਇਆ। ਇੱਕ ਨਾ ਇੰਡੀਆ ਚ ਇੱਕ ਬੜਾ ਸ਼ਬਦ ਕਾਮਨ ਹੈ, ਸੋਜ ਜੀ। ਸੋਜ ਸਾਡੇ ਕੋਲ ਲੋਕ ਆਉਂਦੇ ਆ, ਚਾਹੇ ਚਾਹੇ ਪੜ੍ਹੇ ਲਿਖੇ ਹੈ, ਚਾਹੇ ਚਾਹੇ ਮਜ਼ਦੂਰ ਹੈ, ਚਾਹੇ ਜੋ ਵੀ ਹੈ, ਡਾਕਟਰ ਸਾਹਿਬ ਸੋਜ ਪੈ ਗਈ, ਸੋਜ ਪੈ ਗਈ। ਐਕਚੁਲੀ ਸੋਜ ਨਾਮ ਦਾ ਵਰਡ ਸਾਇੰਸ ਵਿੱਚ ਕੋਈ ਨਹੀਂ ਹੁੰਦਾ, ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਉਹ ਇਨਫਲਾਮੇਸ਼ਨ ਤੋਂ ਹੁੰਦੀਆਂ। ਆਪਣਾ ਕੁਛ ਖਾਂਦੇ ਆ ਜਾਂ ਕੁਛ ਕਰ, ਸਭ ਤੋਂ ਪਹਿਲਾਂ ਇਨਫਲਾਮੇਸ਼ਨ ਹੋ ਗਈ, ਤੁਸੀਂ ਇਹਨੂੰ ਸੋਜ ਕਹਿ ਲਓ। ਇਨਫਲਾਮੇਸ਼ਨ ਮਤਲਬ ਹੋ ਗਈ, ਅੰਦਰ ਇਨਫੈਕਸ਼ਨ ਹੋ ਗਈ, ਉਹ ਏਰੀਆ ਇਨਫਲੇਮਡ ਹੋ ਗਿਆ, ਉੱਥੇ ਬੈਡ ਬੈਕਟੀਰੀਆ ਆ ਗਏ, ਗੁੱਡ ਬੈਕਟੀਰੀਆ ਖਤਮ ਹੋ ਗਏ, ਉਹ ਇੱਕ ਥਿਊਰੀ ਹੈ, ਉੱਥੋਂ ਬਿਮਾਰੀਆਂ ਜਨਰੇਟ ਸ਼ੁਰੂ ਹੋਣੀਆਂ ਹੋ ਜਾਂਦੀਆਂ। ਤਾਂ ਇੱਕ ਕਨਸੈਪਟ ਆ ਰਿਹਾ ਐਂਟੀ ਇਨਫਲਾਮੇਟਰੀ ਡਾਇਟ, ਇਹ ਉਹ ਡਾਇਟ ਹੈ ਵੀ ਅਗਰ ਆਪਾਂ ਐਂਟੀ, ਅਸੀਂ ਆਪਣੇ ਹਰ ਪੇਸ਼ੈਂਟ ਨੂੰ ਕਹਿੰਦੇ ਹਾਂ ਐਂਟੀ ਇਨਫਲਾਮੇਟਰੀ, ਸਾਰੇ ਪਲੀਜ਼ ਨੋਟ ਕਰੋ, ਐਂਟੀ ਇਨਫਲਾਮੇਟਰੀ ਡਾਇਟ ਜੀ। ਇਹ ਜਿਵੇਂ ਮੋਟਾ ਮੋਟਾ ਉਹਨਾਂ ਨੇ ਕੀ ਕੀਤਾ, ਦੁੱਧ 'ਚ ਬੈਡ ਬੈਕਟੀਰੀਆ, ਦਹੀਂ 'ਚ ਬੈਡ ਬੈਕਟੀਰੀਆ, ਦਹੀਂ ਖਾਓ, ਕਣਕ ਦੀ ਥਾਂ 'ਤੇ ਮਲਟੀਗ੍ਰੇਨ ਆਟਾ ਖਾਓ, ਐਂ ਕਾਫੀ ਸਾਰੀਆਂ ਜਿਹੜੀਆਂ ਡਾਇਟਰੀ ਮੋਡੀਫਿਕੇਸ਼ਨਸ ਹੋ ਗਈਆਂ
ਜਿਹੜੀਆਂ ਐਂਟੀ ਇਨਫਲਾਮੇਟਰੀ ਡਾਇਟ ਹੈ, ਮਤਲਬ ਜਿਹੜਾ ਬੰਦੇ ਨੂੰ ਪਤਲਾ ਵੀ ਰੱਖਦੀਆਂ, ਬੰਦੇ ਨੂੰ ਕੈਂਸਰ ਵੀ ਨਹੀਂ ਹੋਣ ਦਿੰਦੀਆਂ, ਬੰਦੇ ਨੂੰ ਸ਼ੂਗਰ ਵੀ ਨਹੀਂ ਹੋਣ ਦਿੰਦੀਆਂ, ਹਾਰਟ ਦੀ ਬਿਮਾਰੀ ਵੀ ਨਹੀਂ ਹੋਣ ਦਿੰਦੀਆਂ, ਸਾਰੀਆਂ ਬਿਮਾਰੀਆਂ ਤੋਂ ਨਿਜਾਤ ਆਪਾਂ ਪਾ ਸਕਦੇ ਹਾਂ ਇਹ ਆਪਾਂ ਆਪਣਾ ਡਾਇਟਰੀ ਪੈਟਰਨ ਚੇਂਜ ਕਰ ਲਈਏ। ਮੈਨੂੰ ਇੱਕ ਲਾਈਨ ਬੜੀ ਪਸੰਦ ਆਉਂਦੀ ਹੈ ਅਕਸ਼ੇ ਕੁਮਾਰ ਦੀ, ਉਹ ਕਹਿੰਦਾ ਜਿਹੜਾ ਬੰਦਾ ਇੱਕ ਘੰਟਾ ਆਪਣੇ ਸਰੀਰ ਤੇ ਲਾ ਸਕਦਾ ਉਹ ਚੁੱਲੂ ਵਰ ਪਾਣੀ ਚ ਮਰ। ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਖਾਣ ਨੂੰ ਥੋੜੀ ਦਿੱਤੇ, ਚਰੀ ਜਾਂਦੇ ਹਾਂ, ਚਰੀ ਜਾਂਦੇ ਹਾਂ, ਚਰੀ ਜਾਂਦੇ ਹਾਂ, ਚਰੀ ਜਾਂਦੇ ਹਾਂ, ਸਭ ਤੋਂ ਘੱਟ ਜ਼ਿੰਦਗੀ ਆਪਣੇ ਪੰਜਾਬੀਆਂ ਦੀ ਰਹਿੰਦੀ ਹਨਾ। ਮਤਲਬ 10,000 ਸਟੈਪ, ਨਿਊ ਸਾਇੰਸ ਕਹਿੰਦੀ ਹੈ 10,000 ਸਟੈਪ ਪਰ ਡੇ, ਘੜੀ ਲਿਆਓ ਉਹ ਸਟੈਪ ਕੈਲਕੂਲੇਟ ਕਰੋ, 10,000 ਸਟੈਪ ਚੱਲੋ, ਖਾਣਾ ਬਹੁਤ ਜਿੰਨੀ ਜੀਣ ਦੀ ਜ਼ਰੂਰ ਹੈ ਉਨਾ ਖਾਓ। ਡਾਕਟਰ ਸਾਹਿਬ ਇੱਕ ਨਾ ਨਵਾਂ ਟ੍ਰੀਟਮੈਂਟ ਦੀ ਵੀ ਮੈਂ ਤੁਹਾਡਾ ਬਹੁਤ ਵਾਰ ਇੱਥੇ ਲੋਕਾਂ ਤੋਂ ਸੁਣਿਆ ਵੀ ਜਦੋਂ ਕਿਸੇ ਦੇ ਅੰਦਰੋਂ ਗੁੱਡ ਬੈਕਟੀਰੀਆ ਖਤਮ ਹੋ ਜਾਂਦੇ ਆ ਤਾਂ ਇੱਕ ਤੁਹਾਡੇ ਕੋਲ ਇੱਕ ਨਵਾਂ ਕੋਈ ਪ੍ਰੋਸੀਜਰ ਹੈ ਕੋਈ ਉਸਦੇ ਰਾਹੀਂ ਗੁੱਡ ਬੈਕਟੀਰੀਆ ਨੂੰ ਜਿਹੜੀ ਕਹਿ ਸਕਦੇ ਉਸਦੇ ਅੰਦਰ ਧਾਰਨਾ ਦਿੱਤਾ ਜਾਂਦਾ, ਕਿਉਂਕਿ ਉਹ ਵਰਡ ਜੇਕਰ ਮੈਂ ਇੱਥੇ ਯੂਜ਼ ਕਰਦਾ ਤਾਂ ਬਹੁਤ ਲੋਕ ਕਹਿ ਦੇਣਗੇ ਵੀ ਇੱਕ ਵੀ ਕਿਸ ਤਰ੍ਹਾਂ ਹੋਏਗਾ, ਕਿਸ ਤਰ੍ਹਾਂ ਅੰਦਰ ਦੇ ਜਿਹੜੇ ਗੁੱਡ ਬੈਕਟੀਰੀਆ ਉਹ ਪੈਦਾ ਹੋ ਜਾਣ। ਇਹਨੂੰ ਅਸੀਂ FMT ਕਹਿੰਦੇ ਹਾਂ, ਫੀਕਲ ਮਾਈਕਰੋਬਾਇਟਾ ਟ੍ਰਾਂਸਪਲਾਂਟੇਸ਼ਨ। ਇਹ USA ਚ ਵੀ ਕਾਫੀ ਹੋ ਰਹੀ ਹੈ। ਫੀਕਲ ਮਾਈਕਰੋਬਾਇਟਾ ਟ੍ਰਾਂਸਪਲਾਂਟੇਸ਼ਨ ਆਈ ਥਿੰਕ ਪੂਰੇ ਨਾਰਥ ਇੰਡੀਆ ਅਸੀਂ ਕਰਦੇ ਹਾਂ। ਉਹ ਚ ਅਸੀਂ ਕੀ ਕਰਦੇ ਹਾਂ, ਇੱਕ ਹੈਲਦੀ ਪੇਸ਼ੈਂਟ ਦਾ ਕਿਸੇ ਰਿਸ਼ਤੇਦਾਰ ਦਾ ਜਾਂ ਹੈਲਦੀ ਪੇਸ਼ੈਂਟ ਦਾ ਸਟੂਲ ਕਲੈਕਟ ਕਰਦੇ ਹਾਂ, ਪੰਜਾਬੀ ਚ ਜੇ ਉਹਨੂੰ ਕਹੀਏ ਟੱਟੀ ਕਲੈਕਟ ਕਰਦੇ ਹਾਂ, ਟੱਟੀ ਜਿਹੜੀ ਹੈਗੀ ਹੈ ਇੱਕ ਹੈਲਦੀ ਪੇਸ਼ੈਂਟ ਦੀ ਕਲੈਕਟ ਕਰਦੇ ਹਾਂ। ਉਹਦੇ ਪਹਿਲਾਂ ਟੈਸਟ ਕਰਾਉਂਦੇ ਹਾਂ ਵੀ ਉਹ ਪੇਸ਼ੈਂਟ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਕਾਲਾ ਪੀਲੀਆ ਤਾਂ ਨਹੀਂ, HIV ਤਾਂ ਨਹੀਂ, ਜਾਂ ਕੋਈ ਨਸ਼ੇ ਤਾਂ ਨਹੀਂ ਕਰਦਾ। ਇੱਕ ਹੈਲਦੀ ਟੱਟੀ ਲੈ ਕੇ ਅਸੀਂ ਉਹਨੂੰ ਕੁਛ ਉਹਦੀ ਪ੍ਰੈਪਰੇਸ਼ਨ ਕਰਦੇ ਹਾਂ, ਮਿਕਸੀ 'ਚ ਉਹਨੂੰ ਗ੍ਰਾਇੰਡ ਕਰਦੇ ਹਾਂ, ਉਹ ਇੱਕ ਘੋਲ ਬਣਾ ਕੇ ਅਸੀਂ ਐਂਡੋਸਕੋਪੀ ਰਾਹੀਂ ਉਹਨੂੰ ਛੋਟੀ ਆਂਤ ਵਿੱਚ ਰੱਖ ਦਿੰਦੇ ਹਾਂ। ਤਾਂ ਇੱਕ ਹਾਈਪੋਥੈਸਿਸ ਹੈ ਵੀ ਉਹਦੇ ਨਾਲ ਮਿਲੀਅਨਸ ਐਂਡ ਟ੍ਰਿਲੀਅਨਸ ਗੁੱਡ ਬੈਕਟੀਰੀਆ ਪ੍ਰੋਡਿਊਸ ਹੋ ਜਾਂਦੇ ਆ, ਤਾਂ ਕੋਈ ਵੀ ਡਿਜ਼ੀਜ਼ ਹੈ ਉਹਨੂੰ ਉਹ ਫਾਈਟ ਕਰ ਸਕਦੇ। ਈਵਨ ਤੁਸੀਂ FMT ਬਾਰੇ ਸਰਚ ਕਰੋ, FMT ਦਾ ਰੋਲ, ਸੰਗ੍ਰਹਿਣੀ, ਸਾਡੇ ਕੋਲ ਬਹੁਤ ਪੇਸ਼ੈਂਟ ਆਉਂਦੇ ਆ ਕਿਉਂਕਿ ਸੰਗ੍ਰਹਿਣੀ ਜਿਹ 'ਚ ਲੈਟਰੀਨ ਵਿੱਚ ਖੂਨ ਆਉਣਾ ਬਹੁਤ ਆ ਰਹੀ ਹੈ ਪੰਜਾਬ 'ਚ, ਇੰਡੀਆ 'ਚ। ਪਹਿਲਾਂ ਯੂਰੋਪੀਅਨ ਕੰਟਰੀ ਦੀ ਬਿਮਾਰੀ ਹੁੰਦੀ ਸੀ ਜਿਹੜੀ ਹੁਣ ਇੰਡੀਆ 'ਚ ਬਹੁਤ ਹੈ, ਸੰਗ੍ਰਹਿਣੀ ਜਿਹਨੂੰ ਆਪਾਂ ਕਹਿੰਦੇ ਹਾਂ, ਵਾਰ ਵਾਰ ਟੱਟੀ ਜਾਣਾ, ਟੱਟੀ 'ਚ ਖੂਨ ਆਉਣਾ, ਰੇਸ਼ਾ ਆਉਣਾ, ਸਟੀਰੋਇਡ ਤੱਕ ਲੈ ਕੇ ਵੀ ਇਹ ਬਿਮਾਰੀ ਠੀਕ ਨਹੀਂ ਹੁੰਦੀ। ਤਾਂ FMT 'ਚ ਬੜਾ ਵਧੀਆ ਰੋਲ ਹੈ, ਸਾਡੇ ਕੋਲ ਨਿਊਜ਼ੀਲੈਂਡ, ਕੈਨੇਡਾ, USA ਜਿਹੜੇ ਆਪਣੇ ਇੰਡੀਅਨਸ ਹੈ, ਨਾਰਥ ਇੰਡੀਅਨ, ਸਾਡੇ ਕੋਲ ਆ ਕੇ ਕਰਾ ਕੇ ਜਾਂਦੇ ਆ ਫੀਕਲ ਮਾਈਕਰੋਬਾਇਟਾ ਟ੍ਰਾਂਸਪਲਾਂਟੇਸ਼ਨ। ਆਏ ਹੋਰ ਬਿਮਾਰੀਆਂ ਹੁੰਦੀਆਂ, IBS ਹੋ ਗਿਆ, ਸ਼ੂਗਰ ਹੋ ਗਿਆ, ਰੂਮਟਿਡ ਆਰਥਰਾਈਟਿਸ ਹੋ ਗਿਆ, ਓਬੈਸਟੀ ਹੋ ਗਈ, ਮੋਟਾਪਾਪਨ ਹੋ ਗਿਆ, ਕਾਫੀ ਬਿਮਾਰੀਆਂ 'ਚ ਇਹਦਾ ਐਕਸਪੈਰੀਮੈਂਟਲ ਰੋਲ ਆ ਰਿਹਾ। ਤੁਸੀਂ ਸਰਚ ਕਰੋ, ਜਦੋਂ ਕੋਵਿਡ ਆਇਆ ਸੀ, ਕੋਵਿਡ ਵਿੱਚ ਵੀ ਇਹ ਮੈਥਡ ਟਰਾਈ ਕੀਤਾ ਗਿਆ ਸੀ ਕੁਛ ਪੇਸ਼ੈਂਟਸ ਤੇ, ਤੇ ਉਹ ਪੇਸ਼ੈਂਟ ਬਚ ਗਏ ਸੀ FMT ਦੇ ਨਾਲ, ਫੀਕਲ ਮਾਈਕਰੋ, ਕਿਉਂਕਿ ਸੁਣਨ 'ਚ ਬੜਾ ਅਜੀਬ ਲੱਗਦਾ ਹੈ। ਇਹ ਉਹ ਚੀਜ਼ ਹੈ ਜਿਹੜੀ ਕੋਈ ਵੀ ਸੁਣਨਾ ਨਹੀਂ ਚਾਹੁੰਦਾ, ਬਿਲਕੁਲ ਟੱਟੀ ਸ਼ਬਦ ਉਹ ਹੈ ਜੋ ਕੋਈ ਵੀ ਸੁਣਨਾ ਨਹੀਂ ਚਾਹੁੰਦਾ, ਬਟ ਇੱਕ ਇਨਸਾਨੀ ਟੱਟੀ ਦੇ, ਹੈਲਦੀ ਪੇਸ਼ੈਂਟ ਦੀ ਟੱਟੀ ਦੇ ਬਹੁਤ ਫਾਇਦੇ ਹੋ ਸਕਦੇ ਵੀ ਆਪਾਂ ਕਹਿ ਸਕਦੇ ਹਾਂ ਟੱਟੀ ਨਾਲ ਇਲਾਜ ਕੀਤਾ ਜਾ ਸਕਦਾ, ਕੀਤਾ ਜਾ ਸਕਦਾ, ਇੱਕ ਇੱਕ ਫਿਊਚਰ ਹੈ। ਡਾਕਟਰ ਸਾਹਿਬ ਇੱਕ ਜਾਂਦੇ ਹੁਣ ਸਵਾਲ ਲੈ ਲਓ, ਕਿਉਂਕਿ ਤੁਸੀਂ ਪੇਟ ਦੇ ਡਾਕਟਰ ਹੋ, ਤਾਂ ਅੱਜ ਕੱਲ੍ਹ ਤੁਹਾਡੇ ਕੋਲ ਬਹੁਤ ਸਾਰੇ ਜਿਹੜੇ ਪੇਸ਼ੈਂਟ ਆਉਂਦੇ ਨੇ, ਛੋਟੇ ਬੱਚੇ ਆਉਂਦੇ ਆ ਜਿਹਨਾਂ ਨੂੰ ਪੇਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ, ਕਾਰਨ ਕੀ ਮੰਨਦੇ ਹੋ? ਇਹ ਖਾਣੇ ਪੀਣੇ ਦੇ ਉੱਤੇ ਲੱਗਦਾ ਹੈ ਵੀ ਕਿਤੇ ਨਾ ਕਿਤੇ, ਜਿਵੇਂ ਪੱਛਮੀ ਸਭਿਅਤਾ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆਪਣੇ ਆ ਚੁੱਕੀਆਂ ਨੇ ਵੀ ਜਿਹੜੀਆਂ ਕਹਿੰਦੇ ਫਾਸਟ ਫੂਡ ਨਾਮ ਵੀ ਉਹਨਾਂ ਨੂੰ ਦਿੱਤਾ ਵੀ ਜਲਦੀ ਬਣ ਕੇ ਤੇ ਜਲਦੀ ਖਾਧਾ ਜਾਂਦਾ, ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ਾਂ। ਤੁਸੀਂ 500% ਸਹੀ ਕਹਿ ਰਹੇ ਹੋ, ਤੁਸੀਂ ਕੋਈ ਵੀ ਵੱਡੇ ਮਾਲ ਚਲੇ ਜਾਓ, ਤੁਸੀਂ ਮਾਲ ਵਿੱਚ 5 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਫੜ ਲਓ, 100 ਚੋਂ ਤੁਹਾਨੂੰ 80 ਬੱਚੇ ਓਵਰਵੇਟ ਮਿਲਣਗੇ, ਤੇ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਉੱਥੇ ਹੋ ਜਾਂਦੀ ਹੈ। ਜਦੋਂ ਕਿਸੇ ਨੂੰ 50 ਸਾਲ ਦੇ ਪੇਸ਼ੈਂਟ ਨੂੰ, 40 ਸਾਲ ਦੇ ਪੇਸ਼ੈਂਟ ਨੂੰ, ਮੰਨ ਲਓ ਕਿਸੇ ਨੂੰ ਹਾਰਟ ਅਟੈਕ ਹੁੰਦਾ, ਉਹ ਤਿਆਰੀ ਬਚਪਨ 'ਚ ਹੀ ਹੋ ਜਾਂਦੀ, ਬਚਪਨ ਤੋਂ ਲੈ ਕੇ ਜਿਹੜਾ ਇਹ ਸ਼ੁਰੂਆਤ ਹੋ ਜਾਏ। ਇਹ ਥੋੜੀ ਹੈ ਵੀ ਅਟੈਕ ਅੱਜ ਹੋਇਆ, ਉਹ 30-35 ਸਾਲ ਅੰਦਰ ਕਲੋਟਿੰਗ ਜਿਹੜੀ ਹੈਗੀ ਆ, ਅੰਦਰ ਕੋਈ ਜੰਮੂਗਾ, ਨਾੜ ਬਲੋਕ ਹੋ ਗਈ, ਫਿਰ ਅਟੈਕ ਹੋਊਗਾ। ਅਟੈਕ ਕੋਈ 2 ਦਿਨ 'ਚ ਜਾਂ 2 ਸਾਲ 'ਚ ਥੋੜੀ ਹੋ ਜਾਊਗਾ। ਜਾਂਦੇ ਜਾਂਦੇ ਹੁਣ ਦੱਸ ਦਿਓ ਵੀ ਪੈਗ ਕਿੰਨੇ ਲਾਉਣੇ ਚਾਹੀਦੇ ਆ?
ਦੇਖੋ ਆਪਣੇ ਆਪਣੇ ਪੰਜਾਬੀਆਂ ਤਾਂ ਮੈਨੂੰ ਤਾਂ ਕੋਈ ਨੀ ਮਿਲਿਆ ਵੀ ਜਿਹੜਾ ਦੋ ਪੈਗ ਤੇ ਰੈੱਡ ਵਾਈਨ ਕਾਫੀ ਸੁਣਦੇ ਆ ਕਿ ਰੈੱਡ ਵਾਈਨ ਦੇ ਜਿਹੜੇ ਬੈਨੀਫਿਟ ਹੈ ਅਗਰ ਉਹ ਲਿਮਿਟ ਚ ਲਈ ਜਾਵੇ ਰੈੱਡ ਵਾਈਨ ਦੇ ਲਿਮਿਟ ਚ ਫਾਇਦੇ ਹੋ ਸਕਦੇ ਆ ਜਿਵੇਂ ਇਹ ਕੋਲੈਸਟ੍ਰੋਲ ਘੱਟ ਕਰਦਾ ਹੈ ਹਾਰਟ ਵਾਸਤੇ ਅੱਛੀ ਹੈ ਇਹ ਐਂਟੀ ਏਜਿੰਗ ਹੈ ਮਤਲਬ ਏਜਿੰਗ ਵਧਾਉਂਦੀ ਹੈ ਤਾਂ ਹੋਰ ਵੀ ਇਹਦੇ ਕਈ ਫਾਇਦੇ ਹੈਗੇ ਆ ਰੈੱਡ ਵਾਈਨ ਦੇ ਤਾਂ ਰੈੱਡ ਵਾਈਨ ਅਗਰ ਲਿਮਿਟ ਚ ਲਈ ਜਾਵੇ ਤਾਂ ਉਹ ਬੈਨੀਫਿਟ ਕਰ ਸਕਦੀ ਹੈ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਡਾਕਟਰ ਗਗਨਦੀਪ ਗੋਇਲ ਜਿਨ੍ਹਾਂ ਨੇ ਜਾਣਕਾਰੀ ਬਹੁਤ ਵਧੀਆ ਦਿੱਤੀ ਕਿਉਂਕਿ ਜਾਣਕਾਰੀ ਅਸੀਂ ਪੇਟ ਦੀਆਂ ਬਿਮਾਰੀਆਂ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਦੇ ਨਾਲ ਲੈਣੀ ਸੀ ਪਰ ਸਭ ਤੋਂ ਵੱਡੀ ਗੱਲ ਸ਼ਰਾਬ ਦੀ ਤਾਂ ਸ਼ਰਾਬ ਦੀ ਜੇ ਗੱਲ ਕਰੀਏ ਤਾਂ ਫਿਰ ਗੱਲ ਉੱਥੇ ਹੀ ਆਉਂਦੀ ਹੈ ਵੀ ਕਹਿੰਦੇ ਸਾਡੇ ਪੰਜਾਬੀ ਦੋ ਪੈਗਾਂ ਦੀ ਜਗ੍ਹਾ ਚਾਰ ਪੈਗਾਂ ਤੋਂ ਤਾਂ ਸ਼ਰਾਬ ਦੇ ਜਿਹੜੇ ਪੈਗਾਂ ਸ਼ੁਰੂ ਕਰਦੇ ਆ ਪਰ ਅਸਲ ਦੇ ਵਿੱਚ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਪੀਣਾ ਸਿਹਤ ਲਈ ਚੰਗਾ ਨਹੀਂ ਪਰ ਕਿਤੇ ਨਾ ਕਿਤੇ ਜੇਕਰ ਤੁਸੀਂ ਆਪਣੀ ਸਿਹਤ ਅਤੇ ਆਪਣਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਵੀ ਬਚਾਅ ਤੁਹਾਨੂੰ ਰੱਖਣਾ ਪਏਗਾ ਬਠਿੰਡਾ ਤੋਂ ਹੈਰੀ ਦੇ ਨਾਲ ਜੱਸੀ ਬਰਾੜ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ।